ਸਤਿ ਸ਼੍ਰੀ ਅਕਾਲ, ਮੈਂ ਹਰਜਸੀ ਕੌਰ, ਤੁਸੀਂ ਦੇਖ ਰਹੇ ਹੋ ਸਾਡਾ ਟੀਵੀ। ਇੱਕ ਨਿਊਜ਼ੀਲੈਂਡ ਦੀ ਵੱਡੀ ਰੀਟੇਲਰ ਕੰਪਨੀ ਕ੍ਰੈਕਰ ਜੈਕ ਨੂੰ ਕਾਮਰਸ ਕਮਿਸ਼ਨ ਦੇ ਵੱਲੋਂ ਵੱਡਾ ਜੁਰਮਾਨਾ ਲਗਾਇਆ ਗਿਆ। ਇਸ ਕੰਪਨੀ ਨੂੰ ਬੱਚਿਆਂ ਦੇ ਪਜਾਮਾ ਸੈੱਟਸ ਦੇ ਉੱਤੇ, ਬੱਚਿਆਂ ਦੇ ਕੱਪੜਿਆਂ ਦੇ ਉੱਤੇ ਫਾਇਰ ਹੈਜ਼ਰਡ ਦੇ ਲੇਬਲ ਨਾ ਲਗਾਉਣ ਦੇ ਮਾਮਲੇ ਦੇ ਵਿੱਚ $1,74,250 ਦਾ ਵੱਡਾ ਜੁਰਮਾਨਾ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਨੇਪੀਅਰ ਦੇ ਵਸਤੇ ਕ੍ਰੈਕਰ ਜੈਕ ਦੇ ਸਟੋਰ ਦੇ ਵਿੱਚ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਇੱਥੇ ਜ਼ਿਆਦਾਤਰ ਕੱਪੜਿਆਂ ਦੇ ਉੱਤੇ ਜਿਨ੍ਹਾਂ ਨੂੰ ਅੱਗ ਲੱਗਣ ਦਾ ਖਤਰਾ ਜ਼ਿਆਦਾ ਹੁੰਦਾ ਉਹਨਾਂ ਦੇ ਉੱਤੇ ਫਾਇਰ ਹੈਜ਼ਰਡ ਦੇ ਲੇਬਲ ਨਹੀਂ ਲਗਾਏ ਗਏ ਸਨ। ਫੇਅਰ ਟ੍ਰੇਡਿੰਗ ਐਕਟ ਦੇ ਤਹਿਤ ਇਸ ਕੰਪਨੀ ਨੂੰ ਫਿਲਹਾਲ ਇਹ ਮੋਟਾ ਜੁਰਮਾਨਾ ਕੀਤਾ ਗਿਆ ਅਤੇ ਇਹ ਵੀ ਦੱਸ ਦਈਏ ਕਿ ਕਾਮਰਸ ਕਮਿਸ਼ਨ ਦੇ ਪ੍ਰੋਡਕਟ ਮੈਨੇਜਰ ਦੇ ਮੁਤਾਬਿਕ ਸਰਦੀ ਦਾ ਮੌਸਮ ਆ ਰਿਹਾ ਅਤੇ ਅਜਿਹੇ ਦੇ ਵਿੱਚ ਅਜਿਹੇ ਕੱਪੜੇ ਜਿਨ੍ਹਾਂ ਨੂੰ ਅੱਗ ਲੱਗਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਆ ਉਹਨਾਂ ਦੇ ਉੱਤੇ ਇਹ ਫਾਇਰ ਹੈਜ਼ਰ ਲੇਬਲ ਹੋਣੇ ਜ਼ਰੂਰੀ ਚਾਹੀਦੇ ਨੇ ਤਾਂ ਕਿ ਗ੍ਰਾਹਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਹੋਵੇ ਅਤੇ ਹੀਟਰ ਦੇ ਨਜ਼ਦੀਕ ਇਹਨਾਂ ਨੂੰ ਨਾ ਲਿਆਂਦਾ ਜਾਵੇ।